ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਹਿਕਦੀਪ ਸਿੰਘ ਅੰਮ੍ਰਿਤਸਰ ਤੋਂ, ਬੁਲਹਾਰੀ ਕੁਦਰਾ ਯੂਟਿਊਬ ਚੈਨਲ ਤੋਂ ਵੀਰੋ। ਇਹ ਦੋਸਤੋ ਆਪਣਾ 121 ਵਰਾਇਟੀ ਹੈ ਜੀ ਝੋਨੇ ਦੀ, ਵੱਟਾਂ 'ਤੇ ਆਪਾਂ ਲਾਇਆ ਸੀ 22 ਦਿਨ ਦੀ ਪਨੀਰੀ ਸੀ। ਇਹਦੀ ਗਰੋਥ ਵਗੈਰਾ ਦੇਖ ਲਓ, ਬਹੁਤ ਵਧੀਆ ਹੋਈ ਆ, ਅਤੇ ਪੁਰਾਣੇ ਪਾਰਟ ਦੇਖ ਲਓ ਇਹਦੀ ਗਰੋਥ ਵਾਸਤੇ। ਟਾਈਮ ਟੂ ਟਾਈਮ ਆਪਾਂ ਇਹਦੇ 'ਤੇ ਵੀਡੀਓ ਪਾਈਆਂ ਵਾਂ, ਅਤੇ ਅੱਜ ਆਪਾਂ ਗੱਲ ਕਰਾਂਗੇ ਜੀ ਮੱਕੜੀ ਬਾਰੇ, ਸਪਾਈਡਰ ਜਿਹੜਾ ਆਪਣਾ ਬੈਨੀਫਿਸ਼ੀਅਲ ਇਨਸੈਕਟ ਵਾ। ਹਾਂਜੀ ਦੋਸਤੋ, ਇਹ ਜਿਹੜੀ PDF ਫਾਈਲ ਆ ਇਹ ਤੁਹਾਨੂੰ ਗੂਗਲ ਤੋਂ ਸਰਚ ਕੀਤਾ ਮਿਲ ਜੂਗੀ। ਇਹਦੇ ਵਿੱਚ ਕੇਰਲਾ ਦੀ ਸਟੱਡੀ ਆ ਜੀ, ਜਿਹੜੀ ਰਾਈਸ ਫੀਲਡ ਉੱਤੇ ਹੋਈ ਸੀਗੀ, ਅਤੇ ਉਹਨਾਂ ਨੇ ਸਪਾਈਡਰ ਦੇ ਉੱਪਰ ਡਿਸਕਵਰ ਕੀਤੀ ਸੀਗੀ। ਇਹਦੇ ਵਿੱਚ 65 ਸਪੀਸੀਜ਼ ਉਹਨਾਂ ਨੇ ਸਪਾਈਡਰ ਦੀਆਂ ਡਿਸਕਵਰ ਕੀਤੀਆਂ ਸੀਗੀਆਂ, ਮੱਕੜੀ ਦੀਆਂ, ਜਿਹੜੇ ਆਪਣੇ ਝੋਨੇ ਵਾਲੇ ਖੇਤ ਹੁੰਦੇ ਨੇ, ਚਾਹੇ ਵੱਟਾਂ ਵਾਲੇ ਹੋਣ ਚਾਹੇ ਕੱਦੂ ਵਾਲੇ ਹੋਣ, ਹਰ ਇੱਕ ਵਿੱਚ ਜਿਹੜੀ ਹੈਗੀ ਆ ਇਹ ਸਪੀਸੀਜ਼ ਹੋਣਗੀਆਂ ਜ਼ਰੂਰ। ਅਤੇ ਉਹਨਾਂ ਨੇ ਇਹਨਾਂ ਨੂੰ ਦੋ ਭਾਗਾਂ 'ਚ ਵੰਡਿਆ ਸੀਗਾ, ਇੱਕ ਨੂੰ ਕਿਹਾ ਸੀ ਹੰਟਰ ਸਪੀਸੀਜ਼ ਅਤੇ ਦੂਜਿਆਂ ਨੂੰ ਵੈਬ ਬਿਲਡਰ ਕਿਹਾ ਸੀਗਾ। ਇਹਦੇ ਵਿੱਚ ਜਿਹੜੇ ਹੰਟਰ ਸਪੀਸੀਜ਼ ਹੈਗੀਆਂ ਉਹ ਜ਼ਿਆਦਾ ਸੀਗੀਆਂ, ਅਤੇ ਵੈਬ ਬਿਲਡਰ ਦੀ ਗਿਣਤੀ ਜਿਹੜੀ ਹੈਗੀ ਸੀ ਘੱਟ ਸੀਗੀ। ਹੰਟਰ ਸਪੀਸੀਜ਼ ਦੋਸਤੋ ਉਹ ਆ ਜਿਹੜੀਆਂ ਜਾਲਾ ਬਣਾਉਣ ਤੋਂ ਪਹਿਲਾਂ ਹੀ ਆਪਣਾ ਕੰਮ ਜਿਹੜਾ ਸ਼ਿਕਾਰ ਉਹ ਕਰਦੀਆਂ ਨੇ, ਉਹ 53% ਸੀਗੀ, ਅਤੇ ਜਿਹੜੇ ਵੈਬ ਬਿਲਡਰ ਹੈਗੇ ਆ ਜਿਹੜੇ ਜਾਲਾ ਬਣਾਉਂਦੇ ਆ ਅਤੇ ਫੇਸ਼ ਸ਼ਿਕਾਰ ਕਰਦੇ, ਉਹ 46% ਆ। ਇਹ ਦੂਸਰੀ ਜਿਹੜੀ ਸਟੱਡੀ ਹੈ ਕੋਰੀਆ ਦੀ ਆ ਜੀ, ਇਹਦੇ ਵਿੱਚ ਉਹਨਾਂ ਨੇ ਸਪਾਈਡਰ ਦੀਆਂ 22 ਫੈਮਿਲੀ ਡਿਸਕਵਰ ਕੀਤੀਆਂ ਸੀ, 99 ਜੈਨਰਾ ਸੀਗਾ, ਅਤੇ 175 ਸਪੀਸੀਜ਼ ਜਿਹੜੀਆਂ ਹੈਗੀਆਂ ਉਹ ਡਿਸਕਵਰ ਕੀਤੀਆਂ। ਇਸ ਕਰਕੇ ਏਰੀਏ ਦੇ ਹਿਸਾਬ ਦੇ ਨਾਲ ਇਹਨਾਂ ਦੀ ਰੇਸ਼ੋ ਜਿਹੜੀ ਹੈਗੀ ਆ ਵੱਧ ਘੱਟ ਹੋ ਸਕਦੀ ਆ, ਬਟ ਇਹ ਤੁਹਾਡੇ ਖੇਤਾਂ 'ਚ ਜ਼ਰੂਰ ਹੋਣਗੇ। ਇਹ ਦੋਸਤੋ ਮੇਰੇ ਖੇਤ ਦੀਆਂ ਕੁਝ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਾਂ, ਜੋ ਫੀਲਡ ਪ੍ਰੈਕਟਿਸ ਦੇ ਦੌਰਾਨ ਦੇਖੀਆਂ ਗਈਆਂ। ਇਹਦੇ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਇਹਨਾਂ ਨੂੰ ਕਿੱਦਾਂ ਬਚਾ ਸਕਦੇ ਹਾਂ ਜਾਂ ਪ੍ਰਫੁੱਲਤ ਕਿਸ ਤਰ੍ਹਾਂ ਕਰ ਸਕਦੇ ਹਾਂ ਤਾਂ ਜੋ ਇਹ ਬਾਇਓਲੋਜੀਕਲ ਕੰਟਰੋਲ ਦਾ ਕੰਮ ਕਰਨ। ਸਭ ਤੋਂ ਪਹਿਲਾਂ ਕੀ ਹੁੰਦਾ ਕਿ ਜਦੋਂ ਆਪਾਂ ਘਾਹ ਫੂਸ ਵੱਢ ਦਿੰਦੇ ਹਾਂ, ਅਤੇ ਉਹ ਆਪਾਂ ਘਾਹ ਫੂਸ ਜ਼ਿਆਦਾਤਰ ਬਾਹਰ ਸੁੱਟ ਦਿੰਦੇ ਹਾਂ, ਵੱਟਾਂ ਉੱਤੇ ਜਿਹੜਾ ਘਾਹ ਫੂਸ ਹੈਗਾ ਵਾ ਉਹਨੂੰ ਤੁਸੀਂ ਵੱਢ ਕੇ ਢੇਰੀਆਂ ਲਾ ਕੇ ਤੁਸੀਂ ਰੱਖ ਦੇਣਾ ਵਾ, ਅਤੇ ਉਹਨਾਂ ਦੇ ਥੱਲੇ ਜਿਹੜੇ ਤੁਹਾਡੇ ਗਰਾਊਂਡ ਬੀਟਲ ਹੋ ਗਈਆਂ ਜਾਂ ਮੱਕੜੀਆਂ ਵਗੈਰਾ ਹੋ ਗਈਆਂ ਅਤੇ ਹੋਰ ਤਰ੍ਹਾਂ ਬੜੇ ਤਰ੍ਹਾਂ ਦੇ ਜੀਵ ਜਿਹੜੇ ਹੈਗੇ ਉਹਦੇ ਥੱਲੇ ਪਲਣਗੇ। ਇਸ ਕਰਕੇ ਇਹ ਜ਼ਰੂਰ ਮੈਥਡ ਜਿਹੜਾ ਹੈਗਾ ਵਾ ਅਪਣਾਇਆ ਜਾਵੇ। ਆਮ ਤੌਰ 'ਤੇ ਜੇਕਰ ਆਪਾਂ ਦਵਾਈਆਂ ਮਾਰੀਏ ਤਾਂ ਆਪਾਂ ਨੂੰ ਉਹਦੇ ਬਦਲੇ 3 ਵਾਰੀ ਜਾਂ 2 ਵਾਰੀ ਵੱਟਾਂ ਤੋਂ ਘਾਹ ਜਿਹੜਾ ਹੈਗਾ ਉਹ ਕੱਢਣਾ ਪਊਗਾ, ਫਿਰ ਜਾ ਕੇ ਆਪਣੀਆਂ ਵੱਟਾਂ ਜਿਹੜੀਆਂ ਹੈਗੀਆਂ ਸਾਫ਼ ਹੋਣਗੀਆਂ। ਇਸ ਕਰਕੇ ਇਹਨਾਂ ਨੂੰ ਸਾਫ਼ ਕਰਕੇ ਅਤੇ ਢੇਰੀਆਂ ਲਾ ਕੇ ਜਿਹੜਾ ਹੈਗਾ ਵਾ ਘਾਹ ਫੂਸ ਉੱਥੇ ਰਹਿਣ ਦਿਉ, ਅਤੇ ਉਹਨਾਂ ਥੱਲੇ ਮੱਕੜੀਆਂ ਦੀ ਗਿਣਤੀ ਜਿਹੜੀ ਹੈਗੀ ਉਹ ਵਧੂਗੀ। ਇਸ ਵੀਡੀਓ ਵਿੱਚ ਦੋਸਤੋ ਵੇਖੋ ਧਿਆਨ ਦੇ ਨਾਲ, ਇਹਦੇ ਵਿੱਚ ਮੱਕੜੀ ਆ ਜੀ ਜਿਹੜੀ ਹੰਟਰ ਸਪੀਸੀ ਨੂੰ ਬਿਲੋਂਗ ਕਰਦੀ ਆ, ਅਤੇ ਜਾਲਾ ਬਣਾਉਣ ਤੋਂ ਬਿਨਾਂ ਸ਼ਿਕਾਰ ਕਰਦੀ ਆ, ਇਹ ਮੁੱਢਾਂ ਦੇ ਵਿੱਚ ਪਈ ਆ ਅਤੇ ਇਹਨੇ ਆਪਣੇ ਮੂੰਹ ਦੇ ਵਿੱਚ ਸ਼ਿਕਾਰ ਫੜਿਆ ਵਾ, ਅਤੇ ਇਹ ਮਤਲਬ ਥੱਲੇ ਜਿਹੜਾ ਹੈਗਾ ਵਾ ਪੂਰਾ ਬੈਲੈਂਸ ਰੱਖਦੀਆਂ ਵਾ ਜ਼ਮੀਨ ਦੇ ਨਾਲ, ਇਹ ਹੰਟਰ ਸਪੀਸੀਜ਼ ਦੀ ਕੈਟਾਗਰੀ ਵਿੱਚ ਆਉਂਦੀ ਆ। ਇਸ ਕਰਕੇ ਇਹਨਾਂ ਨੂੰ ਆਪਾਂ ਨੂੰ ਜ਼ਰੂਰ ਜਿਹੜਾ ਹੈਗਾ ਵਾ ਬਚਾਉਣਾ ਚਾਹੀਦਾ ਵਾ ਜੀ। ਅਤੇ ਇੱਕ ਦੂਸਰੀ ਜਿਹੜੀ ਮੱਕੜੀ ਆ ਜੀ ਲੰਮੀਆਂ ਲੱਤਾਂ ਵਾਲੀ, ਇਹ ਵੀ ਆਪਣੇ ਬਹੁਤ ਦੇਖਣ ਨੂੰ ਮਿਲਦੀ ਆ ਝੋਨੇ ਦੇ ਵਿੱਚ, ਇਹ ਜ਼ਿਆਦਾਤਰ ਆਪਣੀਆਂ ਲੱਤਾਂ ਨੂੰ ਸਾਰੀਆਂ ਨੂੰ ਇਕੱਠੀਆਂ ਕਰ ਲੈਂਦੀ ਜਦੋਂ ਆਪਾਂ ਇਹਦੇ ਲਾਗੇ ਜਾਵਾਂਗੇ, ਅਤੇ ਪੱਤਿਆਂ ਦੇ ਕੋਲ ਹੋਊਗੀ ਬਿਲਕੁਲ, ਜਾਲਾ ਜਾਲਾ ਇਹਦਾ ਬਣਿਆ ਹੋਊਗਾ, ਅਤੇ ਇਹ ਪੱਤਾ ਲਪੇਟ ਨੂੰ ਵੀ ਜਿਹੜਾ ਹੈਗਾ ਆਪਣਾ ਸ਼ਿਕਾਰ ਬਣਾ ਲੈਂਦੀ, ਜਿਹੜੇ ਲੀਫ ਹੋਲਡਰ ਹੁੰਦਾ ਜਿਹਨੇ ਪੱਤਾ ਮਰੋੜਿਆ ਹੁੰਦਾ ਆਪਣੀਆਂ ਲੱਤਾਂ ਦੇ ਨਾਲ ਉਹਦਾ ਵੀ ਸ਼ਿਕਾਰ ਕਰ ਲੈਂਦੀ ਆ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਸਮਝੋ, ਪਰਖੋ ਅਤੇ ਆਪਣੇ ਖੇਤਾਂ ਦੇ ਵਿੱਚ ਦੇਖੋ ਜ਼ਰੂਰ ਜੀ। ਆਪਾਂ ਸਾਰਿਆਂ ਨੂੰ ਕਿਸਾਨ ਵੀਰੋ ਪਤਾ ਹੀ ਆ ਜੀ, ਜਿਹੜਾ ਪੱਤਾ ਲਪੇਟ ਦਾ ਧਮੱਕੜ ਵਾ ਉਹ ਰਾਤ ਨੂੰ ਨਿਕਲਦਾ ਵਾ, ਅਤੇ ਇਹਨਾਂ ਦਾ ਕੰਮ ਇਸ ਤਰ੍ਹਾਂ ਵਾ ਕਿ ਜਿਹੜਾ ਪੱਤਾ ਲਪੇਟਦਾ ਮਾਤਾ ਪਿਤਾ ਹੁੰਦੇ ਜਾਂ ਜਿਹੜੀ ਮਾਤਾ ਵਾ ਉਹ 200 ਤੋਂ ਲੈ ਕੇ 250 ਅੰਡੇ ਦਿੰਦੀ ਆ, ਅਤੇ ਮਤਲਬ 200 ਤੋਂ 250 ਜਿਹੜੇ ਹੈਗੇ ਆ ਅੱਗੇ ਬੱਚੇ ਉਹਨਾਂ ਦੇ ਪੈਦਾ ਹੁੰਦੇ ਆ ਜਿਨ੍ਹਾਂ ਨੂੰ ਪੱਤਾ ਲਪੇਟ ਸੁੰਡੀ ਆਪਾਂ ਕਹਿ ਦਿੰਦੇ ਹਾਂ, ਅਤੇ ਉਹ ਜਿਹੜੀਆਂ ਹੈਗੀਆਂ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਵਾ, ਅਤੇ ਜੇਕਰ ਇੱਕ ਵੀ ਧਮੱਕੜ ਜਿਹੜਾ ਹੈਗਾ ਵਾ ਇਹਨਾਂ ਦੇ ਜਾਲ ਵਿੱਚ ਫਸ ਜਾਂਦਾ ਤਾਂ ਸਮਝ ਲਓ ਤੁਹਾਡੀਆਂ 200 ਸੁੰਡੀਆਂ ਜਿਹੜੀਆਂ ਹੈਗੀਆਂ ਵਾ ਉਹਨਾਂ ਦੀ ਗਿਣਤੀ ਖਤਮ ਹੋ ਜਾਂਦੀ ਹੈ ਤੁਹਾਡੇ ਖੇਤ ਦੇ ਵਿੱਚੋਂ। ਇਸ ਕਰਕੇ ਇਹਨਾਂ ਬਾਰੇ ਜ਼ਰੂਰ ਧਿਆਨ ਦਿਓ ਜੀ। ਦੂਸਰੇ ਬੰਨੇ ਇਹ ਜਿਹੜੀ ਮੱਕੜੀ ਆ ਦੋਸਤੋ ਇਹ ਬਹੁਤ ਜ਼ਿਆਦਾ ਮਤਲਬ ਆਪਣਾ ਏਰੀਆ ਕਵਰ ਕਰਦੀ ਆ, ਇਹ ਕਰੀਬ 7 ਬੂਟਿਆਂ ਤੱਕ ਇਹਨੇ ਜਾਲਾ ਬਣਾਇਆ ਵਾ, ਧਿਆਨ ਦੇ ਨਾਲ ਦੇਖੋ ਇਹਨੂੰ। ਅਤੇ ਇਹਨਾਂ ਦਾ ਜਾਲਾ ਬਣਾਉਣ ਦਾ ਤਰੀਕਾ ਇਸ ਤਰ੍ਹਾਂ ਜੀ, ਇਹ ਤੁਹਾਨੂੰ ਸ਼ਾਮੀ 6 ਵਜੇ ਤੋਂ ਬਾਅਦ ਵਿੱਚ ਜਿਹੜਾ ਹੈਗਾ ਜਾਲਾ ਬੁਣਦੀਆਂ ਤੁਹਾਡੇ ਖੇਤਾਂ ਵਿੱਚ ਨਜ਼ਰ ਆਉਣਗੀਆਂ। ਸ਼ਾਮੀ 6 ਵਜੇ ਤੋਂ ਲੈ ਕੇ ਅਤੇ 7 ਵਜੇ ਦਾ ਟਾਈਮ ਆ ਜੀ ਇਹਨਾਂ ਦਾ ਜਾਲਾ ਬੁਣਨ ਦਾ, ਉਸ ਤੋਂ ਬਾਅਦ ਵਿੱਚ ਇਹ ਆਪਣੇ ਜਾਲੇ ਵਿੱਚ ਬਹਿ ਕੇ ਅਤੇ ਉਡੀਕ ਕਰਦੀਆਂ ਵਾ ਕਿ ਕਦੋਂ ਰਾਤ ਨੂੰ ਜਿਹੜਾ ਹੈਗਾ ਵਾ ਇਹਨਾਂ ਦੇ ਸ਼ਿਕਾਰ ਵਿੱਚ ਫਸੇ ਕੋਈ ਨਾ ਕੋਈ ਜੀਵ, ਅਤੇ ਰਾਤ ਨੂੰ ਸ਼ਿਕਾਰ ਕਰਦੀਆਂ ਵਾ। ਦੂਸਰੇ ਬੰਨੇ ਸਵੇਰ ਦੇ ਟਾਈਮ ਤੁਹਾਨੂੰ 8 ਵਜੇ ਤੋਂ ਪਹਿਲਾਂ ਦਿਖਾਈ ਦੇਣਗੀਆਂ, ਉਸ ਤੋਂ ਬਾਅਦ ਵਿੱਚ ਦੁਪਹਿਰ ਦਾ ਸਮੇਂ ਜਿਹੜਾ ਹੈਗਾ 8 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਤੁਹਾਡੇ ਖੇਤਾਂ ਵਿੱਚ ਤੁਹਾਨੂੰ ਉੱਪਰ ਨਜ਼ਰ ਨਹੀਂ ਆਉਣਗੀਆਂ। ਸਪਰੇਅ ਦਾ ਸਮਾਂ ਜੀ ਸਵੇਰ ਦੇ
8 ਵਜੇ ਤੋਂ ਲੈ ਕੇ 10-11 ਵਜੇ ਤੱਕ ਅਤੇ ਸ਼ਾਮੀ 6 ਵਜੇ ਤੋਂ ਪਹਿਲਾਂ ਪਹਿਲਾਂ ਵਾ। ਜੇਕਰ ਆਪਾਂ ਉਸ ਤੋਂ ਬਾਅਦ ਵਿੱਚ ਕਰਾਂਗੇ ਜਾਂ ਪਹਿਲਾਂ ਕਰਾਂਗੇ ਫਿਰ ਇਹਨਾਂ ਦੇ ਉੱਪਰ ਸਿੱਧੀ ਸਪਰੇਅ ਪੈ ਸਕਦੀ, ਜਿਸ ਕਰਕੇ ਇਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਵਾ। ਝੋਨੇ ਵਿੱਚ ਵੀਰੋ ਸਿਰਫ ਫੰਗੀਸਾਈਡ ਕਰਨ ਦੀ ਜ਼ਰੂਰਤ ਆ, ਇਨਸੈਕਟੀਸਾਈਡ ਸਪਰੇਅ ਨਾ ਕਰੋ, 2 ਕਿੱਲੇ ਛੱਡ ਕੇ ਦੇਖ ਲਓ, ਤੁਹਾਨੂੰ ਰਿਜ਼ਲਟ ਵਧੀਆ ਮਿਲਣਗੇ। ਕਿਸਾਨ ਵੀਰੋ ਇਹ ਛੋਟੀ ਮੱਕੜੀ ਆ ਜੀ, ਇਹਨੇ ਹੇਠਾਂ ਬੂਟੇ ਦੇ ਵਿੱਚ ਆਪਣਾ ਜਾਲਾ ਬਣਾਇਆ ਵਾ, ਇੱਕ ਬੂਟੇ ਤੋਂ ਦੂਸਰੇ ਬੂਟੇ ਨੂੰ, ਅਤੇ ਜਿਹੜੇ ਛੋਟੇ ਸ਼ਿਕਾਰ ਹੋਣਗੇ ਇਹਦੇ ਜਾਲੇ ਵਿੱਚ ਫਸਣਗੇ, ਇਸ ਕਰਕੇ ਬਾਇਓਲੋਜੀਕਲ ਕੰਟਰੋਲ ਆ ਪੂਰਾ। ਹਾਂਜੀ ਵੀਰੋ ਇਹ ਜਿਹੜਾ ਜਾਲਾ ਬੱਝਿਆ ਵਾ ਪੱਤਿਆਂ ਦੇ ਹੇਠਾਂ 1-1 ਇੰਚ ਦੇ ਰੂਪ ਦੇ ਵਿੱਚ ਗੁਲਾਈ ਦੇ ਵਿੱਚ, ਇਹ ਮੱਕੜੀਆਂ ਦਾ ਘਰ ਆ ਜੀ, ਇਹਨਾਂ ਦੇ ਵਿੱਚ ਇਹਨਾਂ ਦੇ ਬੱਚੇ ਆ ਜਿਹੜੇ ਗਾਂ ਅੱਗੇ ਫੈਲਦੇ ਨੇ। ਇਸ ਕਰਕੇ ਦੋਸਤੋ ਇਨਸੈਕਟੀਸਾਈਡ ਸਪਰੇਆਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਪਰਹੇਜ਼ ਕਰੋ। ਮੈਂ ਪਿਛਲੇ ਸਾਲ 20 ਕਿੱਲਿਆਂ 'ਤੇ ਨਹੀਂ ਸਪਰੇਅ ਕੀਤੀ, ਮੈਂ ਫੰਗੀਸਾਈਡ ਸਪਰੇਅ ਕੀਤੀ ਸੀ ਅਤੇ ਮੇਰਾ ਬਹੁਤ ਵਧੀਆ ਰਿਜ਼ਲਟ ਮਿਲਿਆ ਸੀ, ਮੇਰਾ ਉਨਾ ਹੀ ਝਾੜ ਨਿਕਲਿਆ ਜਿੰਨਾ ਪਿਛਲੇ ਸਾਲਾਂ 'ਚ ਨਿਕਲਦਾ ਰਿਹਾ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜ਼ਰੂਰ ਪਰਖੋ, ਦੇਖੋ ਅਤੇ ਕਰੋ। ਵੀਡੀਓ ਵਧੀਆ ਲੱਗੀ ਹੋਵੇ ਦੋਸਤੋ ਲਾਈਕ ਕਮੈਂਟ ਅਤੇ ਸ਼ੇਅਰ ਕਰਿਓ, ਜਿਹੜੇ ਨਵੇਂ ਵੀਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਪ੍ਰੈੱਸ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਪਹੁੰਚ ਸਕਣ। ਧੰਨਵਾਦ।